ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸ਼ਾਮ ਦਾ ਵਕਤ ਇੰਗਲੈਂਡ ਦੀਆਂ ਠੰਡੀਆਂ ਸ਼ਾਮਾਂ ਚੋਂ ਇੱਕ ਸ਼ਾਮ ਕੰਮ ਤੋਂ ਆ ਕੇ ਨਾ ਕੇ ਜਸਬੀਰ ਡਿਨਰ ਲਈ ਬੈਠਾ ਫੋਨ ਦੀ ਬੈਲ ਵੱਜੀ ਫੋਨ ਉਠਾਇਆ ਤਾਂ ਆਵਾਜ਼ ਆਈ ਭਾਜੀ ਸਤਿ ਸ਼੍ਰੀ ਅਕਾਲ ਗੇਜਾ ਬੋਲਦਾ ਵੁਲਵਰ ਹੈਪਟਨ ਤੋਂ ਪਤਾ ਲੱਗਾ ਭਾਜੀ ਇੰਡੀਆ ਚੱਲੇ ਹੋ ਮੇਰਾ ਥੋੜਾ ਸਮਾਨ ਹੀ ਲੈ ਲਓ ਜੋ ਸੁਣ ਕੇ ਉਹ ਜਰਾ ਕੋ ਖਿੱਚ ਗਿਆ ਯਾਰ ਇਹਨਾਂ ਨੂੰ ਪਤਾ ਨਹੀਂ ਕਿਵੇਂ ਬਾਸ਼ਨਾ ਆ ਜਾਂਦੀ ਹੈ ਉੱਥੋਂ ਸਭ ਕੁਝ ਮਿਲਦਾ ਹੈ ਇਧਰੋਂ ਪੰਡਾ ਬੰਨ ਬੰਨ ਭੇਜੀ ਜਾਂਦੇ ਆ ਅੰਦਰਲੇ ਗੁੱਸੇ ਨੂੰ ਦਬਾ ਕੇ ਉਹ ਬੋਲਿਆ ਜੇ ਜੇ ਮੈਂ ਸਮਾਨ ਪੈਕ ਕਰਕੇ ਤੋਲ ਲਵਾਂ ਫਿਰ ਫੋਨ ਕਰਦਾ ਤੈਨੂੰ ਜੇ ਗੁੰਜਾਇਸ਼ ਹੋਈ ਤੇ ਗੇਜੇ ਤਰਲਾ ਮਾਰਿਆ ਭਾਜੀ ਮੇਰੇ ਕੋਲ ਸਿਰਫ ਡੇਢ ਕਿਲੋ ਭਾਰੇ ਤੇ ਮਾਤਾ ਵਾਸਤੇ ਬੀਪੀ ਚੈੱਕ ਕਰਨ ਵਾਲੀ ਮਸ਼ੀਨ ਭੇਜਣੀ ਹੈ ਬੜੀ ਮਿਹਰਬਾਨੀ ਹੋਊਗੀ ਜੇ ਪਹੁੰਚਾ ਦਿਓਗੇ ਤਾਂ ਮਾਂ ਦੇ ਨਾਮ ਤੋਂ ਉਹ ਚੌਂਕ ਗਿਆ ਮਾਂ ਦਾ ਵਰੀਣਾ ਕਰਨੀ ਤਾਂ ਚੱਲਿਆ ਸੀ ਉਹ ਪੰਜਾਬ ਅਨਮਣੇ ਜਿਹੇ ਮਨ ਨਾਲ ਹਾਂ ਕਰ ਦਿੱਤੀ ਕਿ ਭਾਰ ਇਸ ਤੋਂ ਵੱਧ ਨਾ ਹੋਵੇ ਅਗਲੇ ਦਿਨ ਗੇਜਾ ਸ਼ਾਮ ਨੂੰ ਸਮਾਨ ਲੈ ਕੇ ਆ ਗਿਆ ਪਿਤਾ ਲਈ ਇੱਕ ਜੈਕਟ ਤੇ ਮਾਂ ਲਈ ਕੋਟੀ ਮਸ਼ੀਨ ਤੇ ਹੋਰ ਨਿੱਕੜ ਸੁੱਕੜ ਉਹਨੇ ਸਮਾਨ ਲੈ ਲਿਆ ਅਗਲੇ ਦਿਨ ਸਵਖਤੇ ਫਲਾਈਟ ਲੈ ਕੇ ਉਹ ਇੰਡੀਆ ਚਲਾ ਗਿਆ ਸਫ਼ਰ ਦੀ ਥਕਾਵਟ ਉਤਾਰੀ ਤੇ ਮਾਂ ਦੇ ਵਰੀਣੇ ਦਾ ਪਾਠ ਕਰਵਾਇਆ ਕਰੀਬ 10 ਦਿਨ ਬੀਤ ਗਏ ਫਿਰ ਅਚਾਨਕ ਇੱਕ ਜਨ ਗੇਜੇ ਦੀ ਵਟਸਐਪ ਕਾਲ ਆਈ ਭਾਜੀ ਵੀਰ ਬਣ ਕੇ ਇੱਕ ਕੰਮ ਹੀ ਕਰ ਦੇ ਉਹ ਖਿਜ ਗਿਆ ਜਰਾ ਕੋ ਹੁਣ ਹੋਰ ਕੀ ਕੰਮ ਏ ਯਾਰ ਸਮਾਨ ਲੈ ਤਾਂ ਆਇਆ ਘਰ ਦੇ ਆਉ ਨੂੰ ਮੇਰਾ ਐਡਰੈਸ ਦੇ ਦੇ ਸਮਾਨ ਲੈ ਜਾਣ ਆ ਕੇ ਗੇਜਾਂ ਮਿੰਨਤ ਕਰਨ ਲੱਗਾ ਭਾਜੀ ਸਮਾਨ ਘਰ ਪਹੁੰਚਾ ਦਿਓ ਜਾਂ ਬੰਦਾ ਭੇਜ ਦਿਓ ਮੈਂ ਖਰਚ ਦੇ ਦੂੰ ਆਉਣ ਜਾਣ ਦਾ ਮਾਂ ਪਿਓ ਬਜ਼ੁਰਗ ਨੇ ਤੇ ਭਰਾ ਨਸ਼ਿਆਂ ਚ ਪਿਆ ਏ ਜੇ ਉਹਨੂੰ ਕੱਲਿਆ ਤਾਂ ਸਮਾਨ ਰਾਹ ਚ ਵੇਚ ਕੇ ਖਾਜੂ ਪਰ ਆ ਗੱਲ ਤੇ ਗੇਜਿਆ ਤੂੰ ਉਦੋਂ ਨਹੀਂ ਦੱਸੀ ਕਿ ਤੇਰੇ ਪਿੰਡ ਵੀ ਜਾਣਾ ਪਊ ਹੱਦ ਕਰਦਾ ਯਾਰ ਤੂੰ ਵੀ ਖੈਰ ਐਡਰੈਸ ਪੇਜ ਕਰਦਾ ਕੁਝ ਨਾ ਕੁਝ ਤੇ ਉਹ ਮੂੰਹ ਚ ਬੜਬੜਾਉਂਦਾ ਰਿਹਾ ਕਿੰਨਾ ਚਿਰ ਗੇਜਾ ਬਿਨਾ ਪੇਪਰਾਂ ਤੋਂ ਇੰਗਲੈਂਡ ਰਹਿ ਰਿਹਾ ਸੀ ਤਰੀ 15 ਸਾਲਾਂ ਤੋਂ ਮਾਪੇ ਪਾਬ ਦੀ ਗੈਰ ਹਾਜ਼ਰੀ ਵਿੱਚ ਹੀ ਇੰਗਲੈਂਡ ਵਿਆਹ ਵੀ ਕਰਵਾ ਲਿਆ ਦੋ ਬੱਚੇ ਵੀ ਹੋ ਗਏ ਨੇ ਪਰ ਪੱਕੇ ਹੋਣ ਦੀ ਵਾਰੀ ਨਹੀਂ ਆ ਰਹੀ। ਗੇਜੇ ਐਡਰੈਸ ਕੱਲਿਆ ਬਿਲਕੁਲ ਬਾਰਡਰ ਦੇ ਸੀ ਪਿੰਡੋਂ ਦਾ। ਅਟਾਰੀ ਲੱਗੇ। ਜਿੱਥੇ ਲੋਕ ਰੀਟਰੀਟ ਵੇਖਣ ਜਾਂਦੇ ਸਨ। ਉਹਨੇ ਸੋਚਿਆ ਕਿ ਉਹ ਹਰਿਮੰਦਰ ਸਾਹਿਬ ਮੱਥਾ ਟੇਕ ਆਵੇਗਾ ਤੇ ਨਾਲ ਸਮਾਨ ਦੇ ਆਵੇਗਾ। ਗੇਜੇ ਦੇ ਪਿੰਡ ਦੋ ਕੁ ਦਿਨਾਂ ਦੇ ਵਖਵੇ ਬਾਅਦ ਉਹਨੇ ਪ੍ਰੋਗਰਾਮ ਬਣਾ ਲਿਆ ਤੇ ਗੇਜੇ ਕੇ ਕਦੇ ਵੀ ਫੋਨ ਲਾ ਕੇ ਦੱਸ ਦਿੱਤਾ ਆਉਣ ਦਾ। ਕਿ ਕੱਲ ਨੂੰ ਆ ਰਿਹਾ ਹਾਂ 10 11 ਵਜੇ ਜਲੰਧਰ ਤੋਂ ਉਸ ਵਕਤੇ ਤੁਰ ਪਿਆ ਪਹਿਲਾ ਹਰਮੰਦਰ ਸਾਹਿਬ ਪਹੁੰਚਾ ਇਸ਼ਨਾਨ ਕੀਤਾ ਪਰ ਜਦ ਭੀੜ ਵੇਖੀ ਤਾਂ ਅੰਦਰ ਮੱਥਾ ਟੇਕਣ ਦਾ ਵਿਚਾਰ ਛੱਡ ਦਿੱਤਾ ਬਰੀਕ ਜਹੀ ਸੋਚ ਆ ਕਿ ਗੇਜੇ ਦੇ ਪਿੰਡ ਨਾ ਜਾਣਾ ਹੁੰਦਾ ਤਾਂ ਘੰਟਾ ਕੋ ਲਾਈਨ 'ਚ ਲੱਗ ਕੇ ਮੱਥਾ ਵੀ ਟੇਕ ਆਉਂਦਾ ਮਨ ਮਹਿਸੂਸ ਕੇ ਬਾਹਰੋਂ ਦਰਸ਼ਨੀ ਦਿਉੜੀ ਤੋਂ ਹੀ ਮੱਥਾ ਟੇਕਿਆ ਤੇ ਬਾਹਰ ਨਿਕਲ ਆਇਆ ਘੰਟਾ ਘਰ ਵਾਲੇ ਪਾਸੇ ਕਰੀਬ 11:00 ਵਜੇ ਉਹ ਗੇਜੇ ਘਰ ਜਾ ਪਹੁੰਚਿਆ ਪਿੰਡੋਂ ਬਾਹਰ ਵੱਾਰ ਸੋਹਣੀ ਕੋਠੀ ਪਾ ਕੇ ਗੇਟ ਲਵਾਇਆ ਹੋਇਆ ਸੀ ਨਵੇਂ ਡਿਜ਼ਾਈਨ ਦਾ ਜਦ ਹਾਰਨ ਮਾਰਿਆ ਤਾਂ ਗੇਜੇ ਦੀ ਪਰਜਾਈ ਨੇ ਗੇਟ ਖੋਲ੍ਹਿਆ ਤੇ ਜਰਾ ਰੁਕਣ ਲਈ ਕਿਹਾ ਅੰਦਰ ਆਉਣ ਤੋਂ ਪਹਿਲਾਂ ਤੇਲ ਚਾਉਣਾ ਸੀ ਗੇਜੇ ਦੀ ਮਾਤਾ ਨੇ ਘਰ ਅੰਦਰ ਜਦ ਉਹ ਕਾਰ ਤੋਂ ਬਾਹਰ ਨਿਕਲਿਆ ਤਾਂ ਗੇਜੇ ਦੀ ਮਾਤਾ ਨੇ ਉਹਨੂੰ ਕਲਾਵੇ 'ਚ ਲੈ ਲਿਆ ਮੱਥਾ ਚੁੰਮਿਆ ਜਦ ਡਿੱਗੀ 'ਚੋਂ ਸਮਾਨ ਕੱਢ ਕੇ ਮਾਤਾ ਨੂੰ ਫੜਾਇਆ ਤਾਂ ਨੈਣ ਕਟੋਰੇ ਭਰ ਆਏ ਪੁੱਛਿਆ ਮੇਰੇ ਪੁੱਤ ਦੇ ਹੱਥ ਲੱਗੇ ਨੇ ਇਸ ਸਮਾਨ ਨੂੰ ਜਦੋਂ ਨੇ ਦੱਸਿਆ ਕਿ ਗੇਜੇ ਤੋਂ ਇਲਾਵਾ ਉਹਦੇ ਨੂੰਹ ਪੋਤਰਿਆਂ ਦੇ ਵੀ ਹੱਥ ਲੱਗੇ ਹੋਏ ਨੇ ਤਾਂ ਮਾਂ ਪਿਗਲ ਗਈ ਵਿਹੜੇ 'ਚ ਪਏ ਮੰਜੇ ਤੇ ਸਮਾਨ ਖਿਲਾਰ ਹੱਥਾਂ ਨਾਲ ਛੋ ਕੇ ਵੇਖਣ ਲੱਗੀ ਪਰਲ-ਪਰਲ ਹੰਝੂ ਵਹਿ ਰਹੇ ਸਨ ਆਪ ਮਹਾਰੇ ਪੁੱਤ ਦੇ ਹੱਥਾਂ ਦੀ ਛੋਹ ਮਹਿਸੂਸ ਕਰਕੇ ਫਿਰ ਕੁਝ ਛਿਰ ਬਾਅਦ ਜਰਾ ਸਹਿਜ ਹੋ ਕੇ ਆਪ ਹੀ ਬੋਲਣ ਲੱਗ ਪਈ ਵਿਹਾਂ ਕੁਵਰਿਆਂ ਦਾ ਸੀ ਗੇਜਾ ਜਦੋਂ ਦਾ ਪਰਦੇਸੀ ਹੋ ਗਿਆ ਮਾੜੀ-ਮਾੜੀ ਲੂੰ ਫੁੱਟਦੀ ਸੀ ਮੇਰੇ ਪੁੱਤ ਦੇ ਹੱਲੇ ਲੋਹੜੇ ਦੀ ਕਮਾਈ ਕੀਤੀ ਜ਼ਮੀਨ ਬਣਾਈ ਮੇਰੇ ਪੁੱਤ ਦੇ ਸਿਰੋਂ ਅਸਾਂ ਟਰੈਕਟਰ ਟਰਾਲੀ ਸਾਰੇ ਸੰਦ ਖਰੀਦ ਕੇ ਦਿੱਤੇ ਗੇਜੇ ਨੇ ਕੋਠੀ ਖੜੀ ਕੀਤੀ ਆ ਨਿੱਕੇ ਭੈਣ ਭਰਾ ਦਾ ਵਿਆਹ ਕੀਤਾ ਸਾਰਾ ਟੱਬਰ ਐਸ਼ਿਆ ਕਰਦਾ ਉਹਦੇ ਸਿਰ ਤੇ ਪਰ ਮੇਰੀਆਂ ਆਂਦਰਾਂ ਨੂੰ ਚੈਨ ਨਹੀਂ ਆਉਂਦਾ ਖੌਰੇ ਕਦੋਂ ਪੈਰ ਪਾਊਗਾ ਮੇਰਾ ਲਾਲ ਆਪਣੇ ਘਰੇ ਉਹੀ ਦਿਨ ਕਰਮਾਂ ਵਾਲਾ ਹੋਊ ਮਾਂ ਹੱਥ ਜੋੜ ਕੇ ਉਤਾਂ ਨੂੰ ਵੇਖ ਰਹੀ ਸੀ। ਡੱਬ ਦਬਾਇਆ ਅੱਖਾਂ ਨਾਲ ਜਸਬੀਰ ਨੇ ਉੱਠ ਕੇ ਗੇਜੇ ਦੀ ਅੰਮਾ ਨੂੰ ਹੌਸਲਾ ਦਿੱਤਾ ਬੇਜੀ ਹੌਸਲਾ ਰੱਖੋ। ਸਾਲ ਖੰਡ ਤੱਕ ਪੇਪਰ ਬਣ ਜਾਣੇ ਆ ਫਿਰ ਰੱਜ ਰੱਜ ਮਿਲਿਓ ਆਪਣੇ ਪੁੱਤ ਪੋਤਰਿਆਂ ਨੂੰ। ਗੇਜੇ ਦੀ ਪਰਜਾਈ ਪਾਣੀ ਦਾ ਗਲਾਸ ਲੈ ਕੇ ਆਈ ਆਪਣੀ ਸੱਸ ਲਈ। ਨੇਕ ਕੁੜੀ ਜਾਪੀ ਜਸਬੀਰ ਨੂੰ ਉਹ। ਵੇ ਤੇਰੇ ਮੂੰਹ ਚ ਕਿਉਂ ਸ਼ੱਕਰ ਮਾਦਿਆ ਸੋਹਣਿਆ ਪੁੱਤਾਂ। ਤੇਰੀ ਜੁਬਾਨ ਸਲੱਖਣੀ ਹੋਵੇ ਮਾਂ ਨੇ ਅਸੀਸਾਂ ਦੀ ਛੜੀ ਲਾ ਦਿੱਤੀ ਜਸਬੀਰ ਨੇ ਚਾਹ ਪੀ ਕੇ ਵਾਪਸ ਜਾਣ ਦੀ ਇਜਾਜ਼ਤ ਮੰਗੀ ਤਾਂ ਮਾਂ ਨੇ ਤਰਲਾ ਮਾਰਿਆ ਮੇਰਾ ਬੀਬਾ ਪੁੱਤ ਰੋਟੀ ਖਾ ਕੇ ਜਾ ਤਿਆਰ ਕੀਤੀ ਹੋਈ ਆ ਉਸ ਤੋਂ ਨਾ ਨਾ ਹੋਈ ਰੋਟੀ ਖਾ ਕੇ ਜਦ ਤੁਰਨ ਲਈ ਕਾਰ ਵਿੱਚ ਬੈਠਣ ਲੱਗਾ ਤਾਂ ਮਾਂ ਨੇ ਕਲਾਵੇ ਚ ਲੈ ਲਿਆ ਬਦੋ ਬਦੀ 1100 ਰੁਪਏ ਜੇਬ ਚ ਪਾ ਦਿੱਤਾ ਨਾਲ ਇੱਕ ਪੱਗ ਬੜੇ ਸੋਹਣੇ ਜਿਹੇ ਰੰਗ ਦੀ ਲਫਾਫੇ ਚ ਪਾ ਕੇ ਹੱਥ ਚ ਫੜਾ ਦਿੱਤੀ ਜਸਬੀਰ ਨੇ ਵੀ ਅੰਮਾ ਨੂੰ ਗਲ ਨਾਲ ਲਾ ਲਿਆ ਆਪਣੀ ਸੱਕੀ ਮਾਂ ਵਾਂਗਰਾ ਤੇ ਕਿਹਾ ਕਿ ਹੌਸਲਾ ਰੱਖੋ ਬੀਜੀ ਜਦੋਂ ਗੇਜਾ ਆਇਆ ਨਾ ਪੱਕਾ ਹੋ ਕੇ ਮੈਂ ਵੀ ਆਵਾਂਗਾ ਉਹਦੇ ਨਾਲ ਦੁਬਾਰਾ ਤੁਹਾਡੇ ਘਰ ਮਾਤਾ ਨੇ ਮੱਥਾ ਚੁੰਮਿਆ ਜਸਬੀਰ ਦਾ ਅਸੀਸਾਂ ਦਿੱਤੀਆਂ ਤੇ ਪਹੁੰਚ ਕੇ ਫੋਨ ਕਰਨ ਦੀ ਤਾਕੀਦ ਕੀਤੀ ਹੁਣ ਕਾਰ ਜਲੰਧਰ ਵੱਲ ਨੂੰ ਤੁਰ ਪਈ ਜਸਬੀਰ ਨੂੰ ਜਾਪਿਆ ਜਿਵੇਂ ਉਹਨੇ ਤੀਰਥ ਯਾਤਰਾ ਪੂਰੀ ਕਰ ਲਈ ਹੋਵੇ ਮੱਥਾ ਨਾ ਟੇਕਣ ਦਾ ਮਲਾਲ ਕਫੂਰ ਹੋ ਗਿਆ ਜਾਪਿਆ ਗੇਜੇ ਦੀ ਮਾਂ ਦੀਆਂ ਅਸੀਸਾਂ ਨੇ ਇਹ ਘਾਟ ਪੂਰੀ ਕਰਕੇ ਨਾਲ ਸਰੋਪਾ ਵੀ ਦੇ ਦਿੱਤਾ ਹੋਵੇ ਤੇ ਇੱਕ ਗੱਲ ਹੋਰ ਗੱਲ ਸਮਾਨ ਦੀ ਕੀਮਤ ਨਹੀਂ ਹੁੰਦੀ ਕੱਪੜਿਆਂ ਦੀ ਨਹੀਂ ਹੁੰਦੀ ਉਸ ਵਿੱਚ ਲਿਪਟੇ ਜਜ਼ਬਾਤਾਂ ਦੀ ਹੁੰਦੀ ਹੈ ਅਦਿੱਖ ਚੋਹਾਂ ਨੂੰ ਮਹਿਸੂਸ ਕਰਨ ਦੀ ਵੀ ਹੁੰਦੀ ਹੈ ਜੋ ਦਿਖਾਈ ਤਾਂ ਨਹੀਂ ਦਿੰਦੀਆਂ ਪਰ ਹਿਰਦਿਆਂ ਦੀ ਰਬਾਬ ਜ਼ਰੂਰ ਛੇੜ ਦਿੰਦੀਆਂ ਨੇ ਜੋ ਬਾਹਰ ਤਾਂ ਨਹੀਂ ਸੁਣਦੀ ਪਰ ਅੰਦਰੇ-ਅੰਦਰ ਮੰਤਰ ਮੁਕਤ ਕਰ ਦਿੰਦੀ ਹੈ ਇਨਸਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ